ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਹੈ ਜਨਾਲਾ, ਤਹਿਸੀਲ ਵੀ ਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂੰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਤੁਹਾਨੂੰ ਇੱਕ ਮੱਝ ਤਾਜ਼ੀ ਸੂਈ ਤੁਹਾਨੂੰ ਦਿਖਾਉਣੀ ਆ ਅਤੇ ਦੋ ਗਾਵਾਂ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਦੇ ਕਰੀ ਫਿਰ। ਨਾਮ ਸੋਨੂੰ, ਸ਼ਹਿਰ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦਾ? 9065750। ਠੀਕ ਆ। 9867620। ਠੀਕ ਆ। ਹਾਂਜੀ ਤੇ ਕਰੀਏ ਫਿਰ ਸ਼ੁਰੂ। ਕਰਦੀ ਪਹਿਲਾਂ ਗਾਵਾਂ ਦਾ। ਕਿੰਨਾ ਜੇ ਇਹਦੇ ਕੋਲ ਦੁੱਧ? ਦੇਖੋ ਦੁੱਧ ਭਾਈ 7 ਕਿਲੋ ਹੋਊਗਾ, 7 ਤੋਂ ਬਾਹਰ ਹੋਊਗਾ। ਠੀਕ ਆ ਜੀ। ਤੇਰੀ ਜਿੱਦਾਂ ਮਰਜ਼ੀ ਭਾਵੇਂ ਅੱਗੇ ਤੋਂ ਬਿਨਾਂ ਬੀਜੋ, ਇਹ ਨਹੀਂ ਸ਼ਾਹੀ ਵਾਲੇ ਗਰਮ ਹੋ ਗਈ। ਠੀਕ ਆ। ਇਹਨੂੰ 2 ਮਹੀਨੇ ਦੇ ਲੱਗ ਜਾ ਕੇ ਬਣੀ ਨੂੰ ਇਹ ਵਾਰ ਮੈਂ ਚੈੱਕ ਨਹੀਂ ਕਰਾਈ। ਅੱਛਾ। ਮੈਂ ਵੀ ਡਾਕਟਰ ਨੂੰ ਫੋਨ ਕੀਤਾ, ਡਾਕਟਰ ਕੱਲ ਦਾ ਗਿਆ ਸ਼ਨੀਵਾਰ ਨਾ ਕੱਲ। ਹਾਂਜੀ। ਉਹ ਗਿਆ ਘੁੰਮਣ ਫਿਰਨ ਗਿਆ, ਤੁਹਾਨੂੰ ਡਿਊਟੀ ਹੈ। ਠੀਕ ਆ। ਉਹ ਵਾਲਾ ਮੈਂ ਦਿਹਾੜੀ ਲਾ ਦੂੰਗੀ, ਮੈਂ ਚਲੋ ਕੋਈ ਨਹੀਂ। ਚਲੋ ਖੋਲੋ ਹਾਂ ਫਿਰ, ਤੋਰ ਦੋ ਇਹਨੂੰ। ਹੁਣ 7-8 ਕਿਲੋ ਹੈਗਾ ਪੱਕਾ ਦੁੱਧ? 7 ਕਿਲੋ ਭਾਈ, ਕੰਦੇ ਦਾ ਮਿਣ ਕੇ ਖੜੇ ਮੇਰੇ ਕੋਲ। 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਹੈਗਾ। ਠੀਕ ਆ। ਬਾਕੀ ਉਸ ਤਰ੍ਹਾਂ ਇਹ ਆ ਵੀ ਚਲੋ ਵਧੀਆ ਗਾਂ ਭਾਜੀ, ਚੋਤੀ ਦਾ ਲੱਗਾ 1 ਨੰਬਰ ਦੀ ਚੋਣ ਆ। ਤੇ ਬਾਕੀ ਇਹੋ ਜਿਹੀਆਂ ਗਾਵਾਂ ਦਾ ਤੇ ਦੁੱਧ ਵੀ ਸੰਘਣਾ ਹੁੰਦਾ। ਸੰਘਣਾ ਭਾਜੀ ਦਾ 7 ਕਿਲੋ ਭਾਜੀ, ਐ ਲੀਟਰ ਮਾਰ ਕੇ ਮੇਰੇ ਕੋਲ ਖੜੇ, ਮੜਾ ਜਾਂ ਬੰਗਾ ਕੋਈ ਭਾੜਾ ਨਹੀਂ। ਅੱਛਾ। ਉਹਦਾ ਮਾੜੀ ਰੱਸੀ ਪਾਉਣੀ ਪਾਉਣਾ, ਨਹੀਂ ਪਾਉਣੀ ਨਾ ਪਾਉਣੀ। ਤੇ ਮੁੱਲ ਇਹਦਾ ਤੇ ਜੀ 18,500 ਦੀ। ਕਿੰਨੇ ਦੀ? 18,500 ਦੀ। ਕਿ ਵਿੱਚੋਂ ਕਰਨਾ ਮਾਨਤਾਨ? ਮਾਨਤਾਨ ਕਰਦਾ ਭਾਈ, 18,000 ਦੇਵਾਂਗੇ। ਅੱਛਾ। ਹਾਂ ਹਾਂ ਨਹੀਂ ਤੇ ਦੁੱਧ ਛੋਟ ਛੋਟ 100-200 ਦੇ ਮੌਕੇ ਦੇ 7 ਲੀਟਰ ਜਿਹੜਾ ਘਰੋਂ ਚਵਾ ਦੋਗੇ। ਵੱਧ ਹੋਊਗਾ ਪਰ ਆਪਾਂ 7 ਕਿਲੋ ਕਹੀਏ ਭਾਜੀ। ਬਾਕੀ ਚਲੋ ਕੋਈ ਫੋਨ ਲਾਵੇ, ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾਊਗਾ। ਬਾਕੀ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਫੋਨ ਇਹ ਕਰੀ ਕੋਈ ਲਾਵੇ ਜ਼ਰੂਰ। ਹੈ ਵੀ ਭਾਈ, ਕੋਈ ਨੂੰ ਗਰਮੀ ਗੁਰਮੀ ਦੀ ਪਰਵਾਹ ਨਹੀਂ। ਹਾਂਜੀ, ਕੋਈ ਗਰਮੀ ਦੀ ਨਾ ਠੰਡ ਦੀ। ਹਾਂ। ਤੇ ਹੁਣ ਇੱਕ ਹੋਰ ਆ ਜਿਹੜੀ, ਇਹਦਾ ਕੱਦ ਕਾਠ ਇਹਦੇ ਨਾਲ ਵਿੱਚ ਆ। ਇਹ ਵੀ ਸ਼ਾਹੀ ਆਜੀ ਆਈ ਸੀ। ਤੇ ਥਾਣੇ ਦੇ ਵੀ ਦੇਖ ਸਕਦੇ ਲੱਗ। ਇਹ ਵੀ ਜੇ ਵੀ ਮੰਗੇ ਤੋਂ ਬਣਾਈ ਆ। ਠੀਕ ਆ। ਕੋਈ ਬੰਗਾ ਨਹੀਂ ਇਹਨੂੰ। ਠੀਕ ਹੈ। ਬੰਗਾ ਨਹੀਂ ਭਾਜੀ, ਇਹਨੂੰ ਪੁਣਾ ਮੰਗੀ ਨਾ ਕਰਦੀ, ਉਹਦਾ ਮੰਗੇ ਤੋਂ ਬਿਨਾਂ ਮਿਲਦੀ ਜੀ। ਤੇ ਇਹਦੇ ਕੋ ਦੁੱਧ ਕਿੰਨਾ ਜੇ? ਇੱਕ ਵੀ 7 ਦੇ ਲੱਗ ਜਾਵੇ ਦੁੱਧ ਹੈਗਾ ਜੀ। ਤੋਰੋ ਫਿਰ। ਤਾਂ ਬਾਹਰ ਹੀ ਹੋਊਗਾ ਤੁਹਾਨੂੰ। ਸੱਤ ਲੀਟਰ ਹੀ ਦੁੱਧ ਜਿਹੜਾ ਇਹਦੇ ਕੋਲ ਵੀ ਦੱਸ ਦੇ। ਸੱਜਰ ਜਿਹੜੀ ਚੰਗੇ ਦੁੱਧ ਵਾਲੀ ਆ। ਪਰ ਇਹ ਇਹਨੂੰ ਵੀ ਬਣੀ ਨੂੰ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਜੀ। ਅੱਛਾ। ਇਹਦਾ ਗਰੰਟੀ ਆਪਾਂ ਚੈੱਕ ਕੋਈ ਵੀ ਕਰਾਈ ਤਾਂ ਚੈੱਕ ਕਰਾਉਣੀ ਹੈ, ਡਾਕਟਰ ਨਹੀਂ ਆਇਆ। ਠੀਕ ਆ। ਹਾਂ। ਤੇ ਇਹਦਾ ਫਿਰ ਮੁੱਲ? ਇਹ ਦੇ ਦਾਂਗੇ ਭਾਈ 16,000 ਦੀ। 16,000 ਦੀ। ਦੁੱਧ ਪਰ ਮੱਝਾਂ ਦਾ ਸੰਗਲਾ ਵੱਜੀ ਗਾਂ ਜੀ। ਚਲੋ ਛੋੜ ਛੜ ਮੌਕੇ ਤੇ ਹੋਰ ਕਰ ਦੋਗੇ। ਬਾਕੀ ਮਾਨਤਾਨ ਹੋ ਜਾਊਗਾ। ਤੋ ਫੋਨ ਲਾਵੇ ਇੱਕ ਦੀ ਹਨਾ। ਹੋਰ ਛੱਟਾ ਕੋਈ ਨਹੀਂ ਸਮਝੂਗਾ। ਠੀਕ ਆ। ਹਾਂਜੀ। ਤੇ ਇਹ ਮੱਝ ਇਹਨੂੰ 700 ਸੂਈ ਜੀ। ਮਗਰ ਇਹਦੇ ਕੀ ਜੀ? 8,000 ਜੀ। ਹਾਂ ਇਕੱਠਾ ਦਾ। ਹਾਂ ਬੱਚਾ ਜੀ ਇਹਦੇ ਮਗਰ। ਕਿੰਨਾ ਦੁੱਧ ਤਿਆਰ ਜੇ? ਦੇਖੋ ਦੁੱਧ ਭਾਈ 6 ਕਿਲੋ ਬੋਲਾ ਹੀ ਹੋਣਾ ਇਹ, ਪਰਸੋਂ ਹੀ ਸੂਈ ਜਾਂਦੇ। ਫਿਰ ਆਪਾਂ ਲੋਕਾਂ ਲਾਇਆ ਪੱਠੇ ਪੁੱਠੇ ਨੂੰ ਪਾਉਣ ਦੇ। ਠੀਕ ਆ। ਇਹ ਆ ਵੀ ਕੱਦ ਕੱਟ ਚੰਗਾ, ਥੱਲੇ ਥਣਾ ਦਾ ਸਾਈਜ਼ ਗਿਆ ਵੀ ਜਿਹੜਾ ਚੰਗਾ। ਹੁਣ ਭਾਈ ਤੁਹਾਡਾ ਪਤਾ ਸੂਈ ਹੈ, ਲੱਪ ਲੋਪਾ ਲਾਇਆ ਦਿਹਾੜੀ, ਹੁਣ ਸਾਫ਼ ਸੁਥਰੀ ਸਿੱਧੀ ਹੋ ਗਈ। ਹਾਂਜੀ ਹਾਂਜੀ। ਲੱਪੇ ਜਾ ਮੱਝ ਜੀ। ਤੇ ਬਾਕੀ ਇਹ ਕਿ ਉਸ ਤਰ੍ਹਾਂ ਵੀ ਸਾਂਭੀ ਵੀ ਚਲੋ ਥੋੜ੍ਹੀ ਘੱਟ ਹੀ ਆ। ਕੱਦ ਕੱਟ ਚੰਗਾ ਵਾ, ਕੱਦ ਕੱਟ ਦੀ ਉੱਚੀ ਆ ਜਿਹੜਾ। ਬਾਕੀ ਕੋਈ ਸਾਂਭਣ ਵਾਲਾ ਕੋਈ ਵੀਰ ਲੈ ਜੇ, ਇੱਕ ਤਾਂ ਸਰੀਰ ਵੀ ਭਰ ਜੂਗੀ ਤੇ ਦੁੱਧ ਵੀ ਇੰਨੇ ਚੰਗਾ ਦੇਈ ਜਾਣਾ, ਕਿਉਂਕਿ ਸੱਜਰ ਤੇ ਸੂਈ ਆ। ਚਲੋ ਹੁਣ ਤੇ ਉਹਨੇ ਬੋਲਾ ਘੱਟ ਕੱਢਦੀ ਆ। ਹਾਂਜੀ। ਰਮਾਨ ਜ਼ਿਆਦਾ ਨਹੀਂ, 10 ਕਿਲੋ ਰਮਾਨ ਜਾਂ 10,000 ਕੋਲ ਭਰੀ ਹੋਊਗੀ। 10 ਕਿਲੋ ਦੇ ਲੱਗ ਜਿਹੜਾ ਕਹਿੰਦੇ ਦੁੱਧ ਜਿਹੜਾ ਚਵਾਈ ਜਾਊਗੀ
ਕਿਆ ਹਵਾ ਮੈਂ ਚੋਣ ਭਾਈ ਆ ਕਿੰਨਾ ਵਰਦੀ ਕੋਲੀ ਬੜੀ ਏ ਠੀਕ ਜੀ ਤੇ ਮੁੱਲ ਫਿਰ ਇਹਦਾ ਦੇਰੀ 50 ਦੀ ਏ 50,000 ਦੀ ਹਾਂਜੀ ਕਿ ਕਰਨੀ ਵਿੱਚ ਛੋਟ ਛਾਟ ਭਾਈ ਦਵਾਂਗੇ ਹਾਨਾ 46,000 ਦੀ 46,000 ਦੀ ਠੀਕ ਹੈ ਮੌਕੇ ਦੀ ਛੋਟ ਛਾਟ ਕਰ ਦਾਂਗੇ ਸੱਜਰ ਸੂਈ ਮੱਝ ਸੱਜਰ ਸੂਈ ਮੱਝ ਵੇਲਾ ਕੱਦ ਕੱਦ ਕਿੱਡਾ ਜੇ ਹਾਂਜੀ ਹਾਂਜੀ ਸਰਦਾ ਸੂਈ ਤੁਸੀਂ ਰੋਜ਼ ਵੀਡੀਓ ਬਣਾਉਂਦੇ ਤਾਂ ਬਸ ਸੂਇਆ ਨਾਲ ਲੱਪਾ ਲੁੱਪਾ ਦਿਹਾੜੀ ਲਾ ਹੀ ਜਾਂਦਾ ਵਾ ਹਾਂਜੀ ਹਾਂਜੀ ਚੱਡਾ ਜਿੰਦਾ ਫਿਰ ਸਾਫ ਕਰ ਲਓ ਠੀਕ ਆ ਥਾਲ ਦੇਖੋ ਮਨੇ ਮਾਰੋ ਕੈਮਰਾ ਮਾਰੋ ਤੇ ਠੀਕ ਹੈ ਵਿੱਚ ਹੋਰ ਕੁਛ ਕਹਿਣਾ ਫਿਰ ਉਹ ਅੱਤੇ ਕੁਛ ਨਹੀਂ ਬਸ ਇਹੋ ਮੇਰੀ ਮਿਹਰਬਾਨੀ ਆਪਣਾ ਚੋ ਜਵਾ ਕੇ ਨਗਰ ਖੜਨਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨਾ ਨਾ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਭਾਈ ਗਾਵਾਂ ਦਾ ਮੌਸਮ ਆ ਗਿਆ ਗਾਵਾਂ ਦਾ ਮੌਸਮ ਬਦਲ ਗਿਆ ਥੋੜਾ ਠੀਕ ਹੈ ਗਾਵਾਂ ਆਪਾਂ ਵੀ ਲਿਆ ਕੇ ਨਹੀਂ ਜਾਂਦੇ ਠੀਕ ਆ ਬਾਕੀ ਆਪਣੀ ਸਮਝਣਾ ਮਰਜ਼ੀ ਨਾਲ ਵੇਚ ਚਾਹ ਕੇ ਖੜੋ ਜੀ